वाहेगुरु जी। सतनाम श्री वाहेगुरु साहिब जी। संत सहाई जी के पवजल तार नहार सबते उचे जानिए नानक नाम ब्यार हर हर जन दुई एक है बिब बेचार किश नाही जलते उपजत रंग ज्यों जल ही बेखै समाही सास गिरास ना विसरे हर नाम मन मंत तन सासे नानका पूर्ण सोई संत जिना सरे नाम सीख नेहिया भेद ना जान हो मूल साईं जिहिया साईं वर्ग ने विसरे ना नाम जनान साई वर दे विसरे नाम जनानो
तेरे ना नाम जनानो, जिस तेरे ना नाम जनानो, जिस तेरे ना नाम जनानो, जिस तेरे ना नाम जनानो,
ਸਰਬੱਤ ਸਾਧ ਸੰਗਤ ਜੋ ਦੂਰੋਂ ਨੇੜੇ ਤੋਂ ਚੱਲ ਕੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕੇ ਕਥਾ ਕੀਰਤਨ ਗੁਰਬਾਣੀ ਗੁਰਮਤ ਵਿਚਾਰਾਂ ਦਾ ਲਾਹਾ ਲੈਣ ਵਾਸਤੇ ਪਹੁੰਚਣਾ ਕੀਤਾ ਹੈ ਗੁਰੂ ਦਰਬਾਰ ਵਿੱਚ। ਜੋਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਜੀ ਦੇ ਮਾਲਕ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਮੂਹ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਸਲਾਨਾ ਦੀ ਤਰ੍ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜਨ ਦਾ ਸਮਾਂ ਪ੍ਰਾਪਤ ਹੋ ਰਿਹਾ। ਕਈ ਦਿਨਾਂ ਤੋਂ ਚੱਲ ਰਹੇ ਗੁਰਮਤਿ ਸਮਾਗਮਾਂ ਦੇ ਵਿੱਚ ਆਪ ਸਮੁੱਚੇ ਇਲਾਕੇ ਦੀ ਸੰਗਤ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਥਵਾ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਸੋ ਆਓ ਸਾਧ ਸੰਗਤ, ਕੱਲ ਵੀ ਆਪ ਸੰਗਤਾਂ ਦੇ ਨਾਲ ਇਹ ਵਿਚਾਰ ਸ਼ੁਰੂ ਕੀਤੀ ਸੀ, ਜਾਂਕਾ ਮੀਤ ਸੱਜਣ ਹੈ ਸਮੀਆਂ ਤਿਸ ਜਨ ਕੋ ਕਹੂੰ ਕਾਂ ਕੀ ਕਮੀਆਂ, ਕਿ ਜਿਸ ਦੀ ਮਿੱਤਰਤਾ ਵਾਹਿਗੁਰੂ ਦੇ ਨਾਲ ਹੋ ਜਾਵੇ ਉਸ ਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਰਿਹਾ ਕਰਦੀ। ਗੁਰਬਾਣੀ ਦੇ ਵਿੱਚ ਸਾਧ ਸੰਗਤ ਬੜੇ ਪ੍ਰਮਾਣ ਆਉਂਦੇ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਹੇ ਖਰਚ ਰਹੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵਕ ਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਿੰਦਾ, ਆਨੰਦ ਬਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੈ ਕਾਜ ਸਵਾਰੀ ਹੈ ਜਾਂ ਤੁਧ ਪਾਵੰਦਾ। ਵਿਚਾਰ ਨੂੰ ਸਾਧ ਸੰਗਤ ਅੱਗੇ ਤੋਰਨਾ ਕਰੀਏ, ਕਹਿਣ ਤੋਂ ਮੁਰਾਦ ਕਿ ਜਿਸ ਦੇ ਵੱਲ ਵਾਹਿਗੁਰੂ ਹੋਵੇ, ਅਕਾਲ ਪੁਰਖ ਹੋਵੇ, ਪਰਮਾਤਮਾ ਹੋਵੇ, ਉਹਨੂੰ ਸਾਧ ਸੰਗਤ ਕਦੇ ਵੀ ਤੋਟ ਨਹੀਂ ਆਉਂਦੀ। ਸਾਨੂੰ ਇਹ ਦੁਨਿਆਵੀ ਲੋਕਾਂ ਦੇ ਮਨਾਂ ਦੇ ਵਿੱਚ ਭੁਲੇਖਾ ਹੁੰਦਾ ਹੈ ਕਿ ਮੇਰੇ ਬਿਨਾਂ ਪਤਾ ਨਹੀਂ ਆਹ ਕੰਮ ਖੜ ਜੂਗਾ, ਮੇਰੇ ਤੋਂ ਬਿਨਾਂ ਆਹ ਨਹੀਂ ਹੋਣਾ, ਪਰ ਸਾਧ ਸੰਗਤ ਗੁਰਬਾਣੀ ਦੇ ਵਿੱਚੋਂ ਪ੍ਰਤੀਤ ਮਿਲਦੀ ਹੈ, ਗੁਰਬਾਣੀ ਦੇ ਵਿੱਚੋਂ ਭਰੋਸਾ ਮਿਲਦਾ ਹੈ, ਗੁਰਬਾਣੀ ਦੇ ਵਿੱਚੋਂ ਸਿਦਕ ਮਿਲਦਾ ਹੈ। ਇਸੇ ਸਿਦਕ ਦੇ ਆਸਰੇ ਸਾਧ ਸੰਗਤ ਰੱਬੀ ਪਿਆਰੇ ਰੱਬੀ ਰੂਹਾਂ ਜਿਉਂਿਆ ਕਰਦੀਆਂ ਹਨ। ਜਾਂ ਕਾ ਮੀਤ ਸੱਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭਰਮ ਤਾਂ ਕਾ ਭਾਗੀ। ਜਿਹਦੀ ਪ੍ਰੀਤ ਸਾਧ ਸੰਗਤ ਜਿਸ ਦਾ ਪਿਆਰ ਅਕਾਲ ਪੁਰਖ ਦੇ ਨਾਲ ਲੱਗ ਜਾਵੇ, ਉੱਥੇ ਦੁੱਖ ਦਰਦ ਇੱਕ ਤਾਂ ਸਰੀਰ ਦੇ ਦੁੱਖ ਹੋਇਆ ਕਰਦੇ ਆ, ਜਿਨ੍ਹਾਂ ਨੂੰ ਕਰਮ ਰੋਗ ਆਖਦੇ ਆ,
पिछले सात संगत जन्मां जन्मांतरां दे हुंदे। एक सात संगत आत्मक दुख है जिस दुख दे विच सारा ही संसार सड़ बल रहा, वो नजर नहीं आता, सेक वध हुंदा जिवें गैस दा, गैस वाला चुल्हा हुंदा है ना, उहदा धुआं नहीं निकलता, पर सात संगत सेक उहदा ज्यादा हुंदा। ऐसे तरह जड़े आत्मक तौर ते दुखी ने भावे उन्हां दा पता नहीं लगता है, पर उन्हां नूं पुछ के देखिए सुंदर सेज अनेक सुख रस भोगण पूरे, ग्रह सवेण चंद्र सगंध लाए मोती रे, किन्ने सुख हन। पर साध संगत उन्हां नूं अंदरों परोल के देखिए, फरीद जी कहिंदे, फरीदा मैं जानिया दुख मुझको दुख सबाया, जग उच्चे चढ़ के देखिया तां घर घर इहा। बाणी कहिंदी नानक दुखिया सब संसार, पर बाणी ये भी आख रही है, जानकी प्रीत गोबिंद सिंह लागी, दुख दर्द भरम तांका भागी। उथे ना भरम रहणगे, ना सत संगत दुख रहणगे, ना दर्द रहणगे। दुख रोग संताप उतरे सुनी सच्ची बाणी, जानको रास हर रास है आयो, सो अन रास नाही लपटायो। झूठे रसां दे विच ओह पैंदा है सत संगत जिन्हों सच्चा रास नहीं आया। बाणी कहिंदी जां को रास हर रास है आयो, जिन्हों आ नाम वाला स्वाद आ गया। फरीद भगत फरीद जी कहिंदे, फरीदा शक्कर खंड निवात गुड़ माख्यो माझा दुध, सबे वस्था मिठिया रब ना पुजन तुद। दुनिया दे सारे ही मिठे गणाते, सारे मिठे, शक्कर भी गनाती खंड भी गनाती, शक्कर खंड नवात गुड़ मिश्री भी गना दिती, माख्यो माझा दुध शहद वर्गा मिठा दुध भी गना दिता। कहिंदा सारियां ही वस्तुआं मैं कदों कहना फिक्कियां ने, मैं कद कहा के फिक्कियां ने, ये भी मिठियां ने, इन्हां दे विच भी मिठास है, सबे वस्ता मिठिया ये भी मिठिया। पर जेड़ी मिठास नाम दे विच है, जेड़ी मिठास सिमरन दे विच है, जेड़ी मिठास बंदगी दे विच है, वो इन्हां विच नहीं है। रब ना पुजन तुद। जां को रास हर रास है आयो, ਉਹ ਜਿਨ੍ਹਾਂ ਨੂੰ ਨਾਮ ਵਾਲਾ ਰਸ ਆ ਗਿਆ ਉਹ ਝੂਠੇ ਰਸਾਂ ਵੱਲ ਕਾਹਨੂੰ ਭੱਜਣਗੇ। ਇਹ ਤਾਂ ਸਾਧ ਸੰਗਤ ਝੂਠਿਆਂ ਨਸ਼ਿਆਂ ਦਾ ਸਹਾਰਾ ਤਾਂ ਉਹ ਲੋਕ ਲੈਂਦੇ ਐ ਜਿਨ੍ਹਾਂ ਨੂੰ ਜਿਉਣ ਦਾ ਢੰਗ ਹੀ ਨਹੀਂ ਪਤਾ। ਕਿੰਨਾ ਕੁ ਨਸ਼ਾ ਇਹਦਾ, ਸ਼ਾਮ ਨੂੰ ਪੀਤੀ ਸਵੇਰੇ ਉਤਰ ਜਾਣੀ ਹੈ, ਤੇ ਸਵੇਰ ਤੱਕ ਵੀ ਨਹੀਂ ਰਹਿੰਦੀ। ਜੇ ਕੋਈ ਪਹਿਲਾਂ ਹੀ ਮਿਲ ਗਿਆ, ਕਿਸੇ ਨੇ ਦੋ ਚਪੇੜਾਂ ਲਾ ਦਿੱਤੀਆਂ, ਉਦੋਂ ਹੀ ਉੱਤਰ ਜੂਏ। ਪਰ ਸਾਧ ਸੰਗਤ ਜਿਨ੍ਹਾਂ ਨੂੰ ਨਾਮ ਵਾਲਾ ਨਸ਼ਾ ਚੜ੍ਹ ਗਿਆ, ਉਹ ਸਿਰ ਤੇ ਆਰੇ ਰੱਖ ਕੇ ਚੀਰੀ ਜਾਂਦੇ ਆ, ਮੁੱਖੋਂ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਰੰਬਿਆਂ ਦੇ ਨਾਲ ਖੋਪੜ ਲਾਈ ਜਾਂਦੇ ਹੈ, ਮੁੱਖੋਂ ਵਾਹਿਗੁਰੂ ਦੀ ਆਵਾਜ਼ ਆਈ ਜਾਂਦੀ ਹੈ। ਦੇਗਾਂ 'ਚ ਉਬਾਲੇ ਖਾ ਰਹੇ ਹੈ, ਮੁੱਖੋਂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਖਲੋਤੇ ਨੇ ਨੀਹਾਂ ਦੇ ਵਿੱਚ, ਖਲੋਤੇ ਨੇ ਸਾਧ ਸੰਗਤ ਜੰਗਾਂ ਦੇ ਵਿੱਚ, ਯੁੱਧਾਂ ਦੇ ਵਿੱਚ ਜ਼ੋਰ ਲਾ ਲਿਆ ਜ਼ਾਲਮਾਂ ਨੇ। ਸਮੇਂ ਦੀਆਂ ਹਕੂਮਤਾਂ ਇੱਕ ਰਾਜਾ ਨਹੀਂ, ਬਾਬਰ ਆਇਆ, ਜਹਾਂਗੀਰ ਆਇਆ, ਔਰੰਗਜ਼ੇਬ ਆਇਆ, ਫਰਕ ਸ਼ੀਅਰ ਬਾਦਸ਼ਾਹ ਆਇਆ, ਵਦਾਲੀ ਆਇਆ, ਜ਼ਕਰੀਆ ਖਾਨ ਆਇਆ, ਸਮੇਂ ਦੀਆਂ ਸਰਕਾਰਾਂ, ਨਾਦਰ ਸ਼ਾਹ ਆਇਆ,
ਸਾਰਿਆਂ ਨੇ ਜ਼ੋਰ ਲੈ ਲਿਆ ਪਰ ਸਾਧ ਸੰਗਤ ਸਿੱਖਾਂ ਨੂੰ ਜਿਹੜੀ ਨਾਮ ਖਮਾਰੀ ਚੜੀ ਸੀ ਉਤਰੀ ਹੋਈ ਨਹੀਂ ਉਤਰੀ ਹੋਈ ਨਹੀਂ ਇਹ ਖਮਾਰੀ ਕਿੰਨਾ ਵੱਢਿਆ ਸਿਰਾਂ ਦੇ ਮੁੱਲ ਪਾਏ ਕਿੰਨੇ ਘੇਰੇ ਕੱਤੇ ਕਿੰਨੇ ਜ਼ੁਲਮ ਢਾਹੇ ਇੱਕ ਵੀ ਸਾਧ ਸੰਗਤ ਮਿਸਾਲ ਨਹੀਂ ਮਿਲਦੀ ਕਿ ਸਿੱਖ ਬੇਮੁੱਖ ਹੋਇਆ ਹੋਵੇ ਇਹ ਰਾਸ ਜਿਨ੍ਹਾਂ ਨੂੰ ਆ ਗਿਆ ਨਾ ਫਿਰ ਸਾਧ ਸੰਗਤ ਤੇ ਗਿਆ ਨਹੀਂ ਹੈ ਇਹ ਆ ਬਾਕੀ ਦੇ ਜਿਹੜੇ ਨਸ਼ੇ ਬਾਕੀ ਦੇ ਰਸ ਨੇ ਤਾਂ ਕੁਝ ਸਮੇਂ ਵਾਸਤੇ ਹੈ ਇਸੇ ਕਰਕੇ ਗੁਰਬਾਣੀ ਆਖਦੀ ਹੈ ਸਾਨੂੰ ਪੀ ਲੈ ਸਖੀਏ ਨਾਮ ਮਹਾਰਸ ਪੀ ਲੈ ਬੰਦੇ ਨਾਮ ਮਹਾਰਸ ਪੀਓ ਆਪਾਂ ਵਿਚਾਰ ਕਰ ਰਹੇ ਸੀ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਣ ਰਸ ਨਾਹੀਂ ਲਪਟਾਇਓ ਉਹ ਹੋਰ ਰਸਾਂ ਦੇ ਵਿੱਚ ਲਪਟਦਾ ਨਹੀਂ ਹੋਰ ਰਸਾਂ ਦੇ ਵਿੱਚ ਸਾਧ ਸੰਗਤ ਰਚਦਾ ਨਹੀਂ ਜਿਹਨੂੰ ਨਾਮ ਵਾਲਾ ਮਹਾਰਸ ਮਿਲ ਗਿਆ ਅਗਲੀਆਂ ਪੰਗਤੀਆਂ ਕਹਿੰਦੀਆਂ ਆਪਾਂ ਅੱਜ ਵਿਚਾਰ ਇੱਥੇ ਕਰਨੀ ਹੈ ਜਾਂਕਾ ਕਹਿਆ ਦਰਗਾਹ ਚੱਲੇ ਸੋ ਕਿਸ ਕੋ ਨਦਰ ਲਿਆਵੇ ਤਲੇ ਇੱਕ ਦੀ ਆਵਾਜ਼ ਸਾਧ ਸੰਗਤ 30 ਫੁੱਟ ਤੱਕ ਕੰਮ ਕਰੇਗੀ ਲਾਊਡ ਸਪੀਕਰ ਮੈਕ ਲਾ ਦਿਆਂਗੇ 300 ਫੁੱਟ ਤੱਕ ਆਵਾਜ਼ ਚਲੀ ਜਾਏਗੀ ਸਾਰੇ ਪਿੰਡ ਵਿੱਚ ਸੁਣ ਜੂ ਪਰ ਇੱਕ ਸਾਧ ਸੰਗਤ ਸਾਧੂ ਦਾ ਵਚਨ ਹੈ ਜਿਹੜਾ ਦਰਗਾਹ ਤੱਕ ਪਹੁੰਚ ਜਾਂਦਾ ਹੈ ਗੁਰਬਾਣੀ ਕਹਿ ਰਹੀ ਹੈ ਜਾਂ ਕਾ ਕਹਿਆ ਦਰਗਾਹ ਚੱਲੇ ਜਿਨ੍ਹਾਂ ਦਾ ਆਖਿਆ ਸਾਧ ਸੰਗਤ ਦਰਗਾਹ ਵਾਲੇ ਨੂੰ ਵੀ ਮੰਨਣਾ ਪੈਂਦਾ ਹੈ ਸੋ ਕਿਸ ਕੋ ਨਦਰ ਲਿਆਵੇ ਤਲੇ ਹੁਣ ਵਿਚਾਰ ਕਰਕੇ ਵੇਖੋ ਉਹਦੀ ਨਜ਼ਰ ਹੇਠ ਕੌਣ ਆ ਸਕਦਾ ਬਈ ਉਹ ਤਾਂ ਸਾਰੀ ਦੁਨੀਆ ਦੇ ਰਾਜੇ ਨੂੰ ਕੰਗਾਲ ਕਹਿ ਦੂ ਤਾਂ ਹੀ ਕਹੂ ਨਾ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਦੋਂ ਨਿੱਕੇ ਸੀ ਨਾ ਛੋਟੇ ਬਚਪਨ ਬਾਬਾ ਵੀਰਮ ਦਾਸ ਜੀ ਵਿਧੌਸ਼ੀ ਵਾਲੇ ਨੇੜੇ ਰਹਿੰਦੇ ਹੁੰਦੇ ਸਾਧ ਸੰਗਤ ਮਹਾਂਪੁਰਖਾਂ ਦੇ ਪਿੰਡ ਆਲੋਵਾਲ ਦੇ ਨੇੜੇ ਮਹਾਂਪੁਰਖਾਂ ਦੀ ਮਾਤਾ ਜਾਂਦੀ ਹੁੰਦੀ ਦਰਸ਼ਨ ਕਰਨ ਤੇ ਬਾਬਾ ਵੀਰਮ ਦਾਸ ਜੀ ਦਾ ਸੁਭਾਅ ਬੜਾ ਸਖਤ ਸੀ ਇੱਕ ਦਿਨ ਮਾਤਾ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਮਾਤਾ ਜੀ ਚੱਲੇ ਦਰਸ਼ਨਾਂ ਵਾਸਤੇ
गुलाब सिंह सी पहला नाम। कह लगे मैं भी नाल जाने साध संगत। माता आखन लगी भई ओ अलमस्त साधु ने ए बच्चा है, बच्चे दा सुभाव हुंदा शरारत करनी, किते महापुरखां नूं चंगा ना लगे कोई होर बचन ना बोल देना। ਉਹ ਕਹਿੰਦੇ ਬੇਟਾ ਤੂੰ ਘਰੇ ਹੀ ਰਹਿ, ਮੈਂ ਛੇਤੀ ਹੀ ਮੁੜ ਆਉਣਾ, ਤੂੰ ਕੀ ਕਰਨਾ ਸੰਤਾਂ ਦੇ ਕੋਲੇ, ਤੇਰਾ ਕੀ ਕੰਮ ਹੈ ਉੱਥੇ। ਐ ਟਾਲ ਕੇ ਜੇ ਸਾਧ ਸੰਗਤ ਮਾਤਾ ਦਰਸ਼ਨਾਂ ਵਾਸਤੇ ਚਲੀ ਗਈ। ਮਗਰ ਹੀ ਸੰਤ ਬਾਬਾ ਈਸ਼ਰ ਸਿੰਘ ਜੀ, ਬਚਪਨ ਦੀ ਉਮਰ ਹੈ, ਮਗਰ ਮਗਰ ਹੀ ਸਾਧ ਸੰਗਤ ਮਾਤਾ ਦੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਸੰਤ ਬਾਬਾ ਵੀਰ ਮਦਾਸ ਜੀ ਬੈਠੇ ਬਦੌਛੀ ਵਾਲੇ, ਦੂਰ ਖੜੇ ਹੀ ਦੇਖ ਰਹੇ। ਮਾਤਾ ਨੂੰ ਪੁੱਛਿਆ ਮਾਤਾ ਕੱਲੀ ਆਈ? आवाज दिती हां महाराज मैं कली भी आई हूं दर्शन कर। संत कहते माता तू कली नहीं आई, ओ निगाह मार के देख, ओ बच्चा किद गर्दन घुमा के जब निगाह मारी तो अपने ही गुलाब बैठा देख रहा है, संतां दे दर्शन कर रहा है। माता का मन डर गया, कहती महाराज जी मैं तो इनू बड़ा टाल के आई सी घरे रह, पर पता नहीं केड़े तरीके मेरे मगर ही भजया है बच्चा ये, माफ कर दियो इनू, मैं तो घरे छड़ के आई सी, रेहा नहीं, मैनू नहीं पता मगर मगर आ गया मेरे। बहुते वचन नहीं सी करदे हुंदे बाबा वीर मदास जी, बहुते संगत नूं दर्शन भी नहीं सी हुंदे हुंदे, लोग बैठे रहिंदे फल फ्रूट लै के, वह जंगलां नूं लंघ जांदे बेलियां, किसे भागां वाले नूं साध संगत दीदार हुंदा। पता बाबा वीर मदास जी की कहिंदे? कहिंदे माता तूं मैनूं संत मानदी है ना? ਕਹਿੰਦੀ ਮਹਾਰਾਜ ਇਹਦੇ 'ਚ ਸ਼ੱਕ ਹੈ ਕੋਈ? ਦੁਨੀਆ ਤੁਹਾਨੂੰ ਸੰਤ ਮੰਨਦੀ। ਕਹਿੰਦੇ ਤੂੰ ਮੈਨੂੰ ਸੰਤ ਮੰਨਦੀ ਹੈ ਨਾ? ਦੁਨੀਆ ਸਾਨੂੰ ਸੰਤ ਮੰਨਦੀ ਹੈ, ਲੋਕ ਖੜੇ ਰਹਿੰਦੇ ਆ ਦਰਸ਼ਨ ਕਰਨ ਵਾਸਤੇ, ਹੋ ਜਾਂਦੇ ਆ ਕਿਤੇ ਨਾ ਕਿਤੇ ਦਰਸ਼ਨ, ਪਰ ਆਹ ਜਿਹੜਾ ਬੱਚਾ ਹੈ ਨਾ ਇਹ ਇਹੋ ਜਿਹਾ ਸੰਤ ਬਣੂ, ਵੱਡੇ ਵੱਡੇ ਰਾਜੇ ਵੀ ਟਾਈਮ ਲੈ ਕੇ ਮਿਲਿਆ ਕਰਨਗੇ। ਗਿਆਨੀ ਜੈਲ ਸਿੰਘ ਸਾਧ ਸੰਗਤ ਕੇਵਲ 5 ਮਿੰਟ ਲੇਟ ਹੋਇਆ ਸੀ। ਮਹਾਂਪੁਰ ਕਹਿੰਦੇ ਭਾਈ ਹੁਣ ਦੀਵਾਨ ਦਾ ਸਮਾਂ ਹੋ ਗਿਆ, ਕਿਤੇ ਫੇਰ ਆਈ ਕਿਸੇ ਦਿਨ। ਹੁਣ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਦਰਵਾਜ਼ੇ ਤੇ ਆਏ, ਇਹਨੂੰ ਵਾਪਸ ਮੋੜਤਾ। ਮਾਤਾ ਤੂੰ ਤਾਂ ਮੈਨੂੰ ਸੰਤ ਮੰਨਦੀ ਹੈ ਨਾ? ਇਹੋ ਜਿਹੇ ਸੰਤ ਬਣੂ ਇਹ, ਦੁਨੀਆ ਵੀ ਵੱਡੇ ਵੱਡੇ ਰਾਜੇ ਵੀ ਇਹ ਸਮਾਂ ਮੰਗਿਆ ਕਰਨਗੇ ਦਰਸ਼ਨਾਂ ਵਾਸਤੇ। ਇਹ ਬਾਲਕ ਨਹੀਂ ਹੈ, ਇਹ ਬਾਲਕ ਦੇ ਰੂਪ ਦੇ ਵਿੱਚ ਉਹ ਮੂਰਤ ਭਗਵਾਨ ਦੀ ਦਿਸਦਾ ਹੈ ਬਾਲਕ ਮੈਨੂੰ, ਮੂਰਤ ਭਗਵਾਨ ਦੀ ਦਿਸਦਾ ਹੈ ਬਾਲਕ ਮੈਨੂੰ, ਭਗਵਾਨ ਦੀ ਦਿਸਦਾ ਹੈ ਬਾਲਕ।
रब रूप लगता है बालक मैनू। ऐसे साध संगत महापुरख होंदे है उहदे विच इन्नी ताकत होंदी है जिहड़ा दर ते आए राजे नूं मोड़ देवे। जांका कहिया दरगाह चलै सो किस को नदर ले आवै तलै। एक बंदे दी थाने दे विच चलदी होवे ना सारे पिंड नूं वक्त पाई रखदा, सीधे मूंह नहीं गल करदा किसे नाल। क्यों? कहिंदा मेरी गल तां थाने दे विच भी चलदी है, थानेदार भी मानदा मेरी गल। जिनका जांका कहिया दरगाह चलै। भगत जलन जी छेवें पातशाह दे वेले होए है समकाली, छेवें पातशाह दे समय। जद सोभा हुई संसार आउण लगे, दुनिया आउण लगी, भगत जलन जी ना अपना पिंड छड़ के दूजे शहर चले गए। भई ये लोग तो भगती भी नहीं करन देंदे, नाम भी नहीं जपन देंदे। बुल्ला पता की कहिंदा, कहिंदा बुल्लिया आपां उत्थे चलीए जिथे सारे अन्ने, ना कोई साड़ी जात पछाणे ना कोई सानू मन्ने। जिन्नी पाया तिन्नी छपाया। हुण जिहदे कोल है ही नहीं कुछ उह लुकाऊगा की? जिहदे कोल कुछ हुंदा ना उह छपाउंदा भी है लुकाउंदा भी है, भी पता ना लग जे किते। जिहदे पल्ले कख भी नहीं उह ढंडोरा पिटदा फिरदा। संत नूं कदे कहना नहीं पैंदा भी मैं संत हां। अवस्था वाले महापुरख नूं कदे जग दे विच ढंडोरे नहीं पिटने पैंदे, जग आपे लभ लैंदा उहनां नूं। जिनको आप दे वड्याई, जगत भी आपे आण तिनको पैरी पाए। डरिए तां जे किश आप तू कीचै, सब करता अपनी कला वधाए। उन्हां नूं कहना नहीं पैंदा भी मैं संत हां, मैनू मनो, मेरे कोल आओ, मैनू मत्थे टेको। उन्हां दी वड्याई अपने आप साध संगत प्रगट हो जांदी। सो भगत जलन जी ना अपना पिंड छड के किसी होर शहर दे विच चले गए। जाके ना एक सेठ दे मजदूरी करन लग गए। मजदूरी करनी, जिन्ने साध संगत पैसे मिलने उहदा प्रसाद भोजन छक लैणा, अपना रब रब कर लैणा। समा सोहना बतीत हुंदा, पर उह जिहड़ा उत्थे सेठ दे मनीम सी ना, उह बड़ा रुखा सी सुभा दा। रुखा भी सी ते बेईमान भी सी। जदों मजदूरी देंदा सारिआं दा टका टका कट लैंदा, सारिआं नूं सारी दिहाड़ी भज भज पई जांदा। कदे किसे नूं गालां कढ़तीआं, किसे नूं रुखा बोलता, किसे नूं माड़ा बोलता। पर महाराज गुरबाणी विच इह वी कहिंदे आ, नानक फिक्का बोलिआ तन मन फिक्का होए। फिक्के वचनां तों वी वरजदी है गुरबाणी। कहिंदे मन ते असर पैंदा इन्हां वचनां दा। साध संगत पर उहदा सुभा इहो जिहा बण गया सी, उहनूं साध संगत सिधा बोलणा ही भुल गया। हर किसी दा टका कट लैणा, हर किसी दी मजदूरी कट लैणी, फिक्का बोलणा।
पर जदों भगत जलन जी जांदे ना अपना हिसाब लैण, पता नहीं उहदे ते की प्रभाव पैंदा। बस ओ जी कह के बुलाउंदा, आओ बाबा जी, आओ बजुर्गो, सत्कार पैदा हो जांदा उहदे मन च। ਪਰ ਜੀ ਕਹਿਣਾ ਬਾਕੀਆਂ ਸਾਰਿਆਂ ਨੂੰ ਸਾਧ ਸੰਗਤ, ਕਿਸੇ ਨੂੰ ਕੁਛ ਕਿਸੇ ਨੂੰ ਕੁਛ। ਪਰ ਜਦ ਭਗਤ ਜਲਣ ਜੀ ਨੇ ਸਾਹਮਣੇ ਆਉਣਾ, ਪੂਰੀ ਮਜ਼ਦੂਰੀ ਦੇ ਦੇਣੀ, ਨਾਲੇ ਭਗਤ ਜੀ ਕਹਿ ਕੇ, ਬਾਬਾ ਜੀ ਕਹਿ ਕੇ, ਸੰਤ ਜੀ ਕਹਿ ਕੇ ਬੁਲਾਉਣਾ। ਕੋਈ ਸੰਤ ਸੰਗਤ ਕੁਦਰਤੀ ਕਰਮ ਸੀ ਇਹੋ ਜਿਹਾ, ਸਾਰਿਆਂ ਨੂੰ ਰੱਖਾ ਬੋਲਣਾ, ਜਲਣ ਜੀ ਨੂੰ ਜੀ ਕਹਿਣਾ। ਜੀ ਕਹਿਣਾ ਸਮਾਂ ਲੰਘਦਾ ਗਿਆ। ਅੱਧੀ ਰਾਤ ਤੋਂ ਬਾਅਦ ਦਾ ਸਮਾਂ ਅੰਮ੍ਰਿਤ ਵੇਲੇ ਦਾ, ਭਗਤ ਜਲਣ ਜੀ ਗਰਮੀਆਂ ਦੇ ਦਿਨ ਨੇ ਕੋਠੇ ਦੀ ਛੱਤ ਤੇ ਬੈਠੇ ਪ੍ਰਭੂ ਦੀ ਭਗਤੀ ਕਰ ਰਹੇ ਨੇ। ਭਗਤੀ ਕਰਦਿਆਂ ਆਵਾਜ਼ਾਂ ਸੁਣੀਆਂ ਕੁਛ, ਇਹ ਸੂਖਮ ਆਵਾਜ਼ਾਂ ਨੇ ਬਈ, ਜਿਵੇਂ ਕੋਈ ਰੋ ਰਿਹਾ, ਚੀਕਾਂ ਮਾਰ ਰਿਹਾ। ਇਹ ਕਿਹਦੀਆਂ ਆਵਾਜ਼ਾਂ, ਕੌਣ ਰੋਂਦਾ ਹੈ? ਧਿਆਨ ਮਾਰ ਕੇ ਦੇਖਿਆ, ਇਹ ਤਾਂ ਉਸੇ ਮਨੀਮ ਦੀ ਜਿੰਦ ਨੂੰ ਜੰਮ ਫੜੀ ਜਾਂਦੇ, ਮਾਰਦੇ ਕੁੱਟਦੇ ਲਈ ਜਾਂਦੇ। ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੂਕੜਕਾਏ, ਉਦਾਹਰਨਾਂ ਆਉਂਦੀਆਂ ਗੁਰਬਾਣੀ ਚ ਬੜੀਆਂ। ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ। ਆਪਾਂ ਤਾਂ ਕਹਿੰਦੇ ਹੁੰਦੇ ਹੀ ਨਹੀਂ ਜਮ, ਜੇ ਹੋਣ ਤਾਂ ਦਿਸਣ ਨਾ, ਰੱਬ ਵੀ ਨਹੀਂ ਹੁੰਦਾ, ਹੋਵੇ ਤਾਂ ਦਿਸੇ ਨਾ। ਸਾਧ ਸੰਗਤ ਸਾਰਾ ਕੁਝ ਹੈ, ਸਮਾਂ ਆਉਣ ਤੇ ਸਾਰਾ ਕੁਝ ਹੀ ਦਿਸਦਾ ਹੈ। ਆ ਹਵਾ ਚੱਲਦੀ ਹੈ, ਕਿਹੜਾ ਦਿੰਦੀ ਹੈ? ਆ ਸਾਧ ਸੰਗਤ ਤਾਰਾਂ ਦੇ ਵਿੱਚੋਂ ਲਾਈਟ ਲੰਘਦੀ ਹੈ, ਕਿਹੜਾ ਦਿਸਦੀ ਹੈ? ਪਰ ਹੱਥ ਲਾਇਆ ਦੱਸਦੀ ਹੈ ਵੀ ਮੈਂ ਹੈਗੀ। ਕਿੰਨੀਆਂ ਜੂਨੀਆਂ ਨੇ, ਕਿੰਨਾ ਕੁਝ ਆ ਸੰਸਾਰ ਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਇੱਕ ਬ੍ਰਹਿਮੰਡ ਦਾ ਅਜੇ ਤੱਕ ਅੰਤ ਨਹੀਂ ਪਾ ਸਕੇ ਆ ਧਰਤੀ ਦੇ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹਦਾ ਅੰਤ ਕਿੱਥੋਂ ਪਾ ਲਵਾਂਗੇ? ਉਹਦੀ ਬਣਾਈ ਹੋਈ ਇੱਕ ਚੀਜ਼, ਇੱਕ ਧਰਤੀ ਅਜੇ ਤੱਕ ਆਪਣੇ ਤੋਂ ਉਹਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਹੈ ਧਰਤੀ ਤੇ, ਕੌਣ ਕੌਣ ਵੱਸਦਾ ਹੈ। ਪਰ ਜਿਹਨੇ ਕਰੋੜਾਂ ਹੀ ਬ੍ਰਹਿਮੰਡ, ਕੋਟ ਬ੍ਰਹਿਮੰਡਾਂ ਦਾ ਜਿਹਨੇ ਪਸਾਰਿਆ, ਉਹਨੂੰ ਐਡੀ ਛੇਤੀ ਕਿਵੇਂ ਜਾਣ ਲਾਂਗੇ? ਸਾਧ ਸੰਗਤ ਸੋ ਭਗਤ ਜਲਣ ਜੀ ਨੇ ਜਦ ਵੇਖਿਆ ਨਾ ਵੀ ਇਹ ਆਵਾਜ਼ ਰੌਲੇ ਦੀ ਆ ਰਹੀ ਹੈ, ਇਹ ਕੌਣ ਰੋ ਰਿਹਾ ਹੈ? ਇਹ ਤਾਂ ਉਸੇ ਮਨੀਮ ਦੀ ਆਤਮਾ ਨੂੰ ਮਾਰਦੇ ਕੁੱਟਦੇ ਲਈ ਜਾਂਦੇ। ਜਿਹੜਾ
ਸਾਡਾ ਹਿਸਾਬ ਕਰਦਾ ਹੁੰਦਾ ਸੀ। ਉਹ ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰੇ ਹੋਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰੇ ਹੋਏ ਮਨਾ ਚੱਲੀ ਜਾਣੀ ਨਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ। ਪਰ ਇੱਕ ਗੱਲ ਹੈ ਬਈ, ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਆਂਚਲ ਲਾਈ। ਜਮ ਲਈ ਜਾਂਦੇ ਆ ਮਾਰਦੇ ਕੁੱਟਦੇ। ਆਵਾਜ਼ ਸੁਣੀ ਭਗਤ ਜੀ ਨੇ, ਆਵਾਜ਼ ਮਾਰੀ, ਠਹਿਰ ਜਾਓ ਭਾਈ ਮੇਰੀ ਗੱਲ ਸੁਣ ਕੇ ਜਾਇਓ। ਗੱਲ ਸੁਣ ਕੇ ਜਾਇਓ ਸਾਡੀ। ਜਮ ਰੁਕ ਕੇ ਹੱਥ ਬੰਨ ਕੇ ਖਲੋ ਗਏ। ਕੌਣ ਹੈ ਇਹ? ਕਹਿੰਦੇ ਬੇਈਮਾਨ ਮਨੀ, ਮੈਂ ਹਿਸਾਬ ਕਰਦਾ ਸੀ, ਬੇਈਮਾਨੀਆਂ ਕਰਦਾ ਸੀ, ਰੁੱਖਾਂ ਬੋਲਦਾ ਸੀ, ਇਹਦਾ ਸਮਾਂ ਆ ਗਿਆ, ਲਈ ਜਾਂਦੇ ਹਾਂ ਇਹਨੂੰ। ਸਮਾਂ ਸਾਰਿਆਂ ਦਾ ਹੀ ਆਉਣਾ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਵੱਧੈ ਤੀਰ। ਇੱਕ ਸ਼ਬਦ ਇੱਕ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਆਮ ਪੜਿਆ ਸੁਣਿਆ ਜਾਂਦਾ ਫਰੀਦ ਜੀ ਦਾ। ਫਰੀਦ ਜੀ ਕਹਿੰਦੇ, ਫਰੀਦਾ ਉੱਧਰ ਵੇਖ ਢੇਰੀਆਂ, ਜਿਨ੍ਹਾਂ ਤੇ ਕੱਖ ਪਏ, ਉਧਰੋਂ ਕੋਈ ਨਾ ਆਇਆ, ਇਧਰੋਂ ਲੱਖ ਗਏ। ਕਬਰਾਂ ਵੱਲ ਇਸ਼ਾਰਾ, ਕਹਿੰਦੇ ਉਹ ਵੇਖ। ਸ਼ਮਸ਼ਾਨ ਭੂਮੀ ਵੱਲ ਇਸ਼ਾਰਾ, ਉਹ ਵੇਖ ਢੇਰੀਆਂ ਕੱਖ ਉੱਗੇ ਹੈ, ਘਾਹ ਉੱਗੇ ਹੈ, ਪਰ ਖਿਆਲ ਰੱਖੀ ਉਧਰੋਂ ਤਾਂ ਕੋਈ ਵੀ ਨਹੀਂ ਆਇਆ, ਇਧਰੋਂ ਲੱਖਾਂ ਜਾ ਰਹੇ ਹਨ, ਉਧਰੋਂ ਨਹੀਂ ਆਇਆ ਕੋਈ। ਇਹ ਸਮਾਂ ਸਾਰਿਆਂ ਤੇ ਆਉਣਾ ਹੈ। ਸਰੀਰ ਨਾ ਸੰਤ ਦਾ ਰਹਿਣਾ ਹੈ, ਨਾ ਚੋਰ ਦਾ ਰਹਿਣਾ, ਨਾ ਗੁਰੂ ਦਾ ਸਰੀਰ ਰਹਿਣਾ, ਨਾ ਚੇਲੇ ਦਾ ਰਹਿਣਾ। ਇਹ ਸਰੀਰ ਨਾਸਵੰਤ ਹੈ, ਤਾਂ ਹੀ ਸਰੀਰਾਂ ਦੇ ਪਿਆਰ ਨੂੰ ਸਤਿਗੁਰਾਂ ਨੇ ਝੂਠਾ ਆਖਿਆ, ਸਰੀਰਾਂ ਦੇ ਮੋਹ ਨੂੰ ਝੂਠਾ ਆਖੇ। ਗੁਰਬਾਣੀ ਦੇਹ ਅਧਿਆਸ ਤੋਂ ਉੱਪਰ ਉੱਠਣ ਦੀ ਗੱਲ ਕਰਦੀ ਹੈ। ਸਾਧ ਸੰਗਤ ਸ਼ਬਦ ਦਾ ਮਿਲਾਪ ਸੱਚਾ ਹੁੰਦਾ, ਸਦੀਵੀ ਹੁੰਦਾ। ਸਰੀਰ ਅੱਜ ਹੈ ਕੱਲ ਨਹੀਂ। ਆਪਾਂ ਆਖਦੇ ਫਲਾਣਾ ਤਾਂ ਚੰਗਾ ਭਲਾ ਸੀ, ਭਗਤ ਫਰੀਦ ਜੀ ਕਹਿੰਦੇ ਫਰੀਦਾ ਇੰਨੀ ਲੋਈ ਨਹੀਂ ਦੇਖਦਿਆਂ ਕਿੱਤੀ ਚੱਲ ਪਈ, ਲੋਕਾਂ ਆਪੋ ਆਪਣੀ, ਮੈਂ
अपनी पई। ओ जग तां तुरई जांदा है नैणी देख दया, जग तुरई जांदा है नैणी देख दया, जग तुरई जग तां तुरई जगता तुरई जांदा वई नैनी देख दया, जग तुरई जांदा है नैनी देख दया, जगता तुरई जांदा जगता तुरई जगता तुरई तुर चले है जग तुर चले है तुर चले है जग तुर चले है जग तां तुरई जांदा है नैणी देख दया, जग ओ तुरई जांदा है बई नैनी देख दया, जग तां तुरई जग तां तुरई नैनी देखत ए जग जाए संसार जा रहे है। ओ मुनीम नू भी लई जांदे है कहिंदे क्यों मारदे हो भगत जलन जी, दया आ गई संतां दे हिरदे च दया वसदी हुंदी है, दया बिन सिद्ध कसाई धौल धर्म दया का पूत, संतोख थाप रखिया जिन सूत। राजे जनक नू भी कदे नरक देख के भगत वड्डा राजा जनक है गुरमुख माया विच उदासी, किते हाल वेख के साध संगत नरकां दा रोक गया सी राजा जनक। रहो विचार दया आई साधु दे हिरदे च दया वसदी है, करना वसदी है, कहिंदे क्यों मारदे हो, कहिंदे जी ये पापी है अपराधी है, नाम नहीं जपया भगती नहीं कीती, जिनी ऐसा हर नाम ना चेत्यो से काहे जग आए राम राजे। उल्टा बेईमानियां करदा रहा, उल्टा मंदे बोल बोलदा रहा ता मारदे हैं। भगत जलन जी कहिंदे भाई सानू नहीं पता है की करदा रहा, पर जद इहदा हिसाब करन लगे ना धर्म राजे नू इन्ना कह दिओ कि जलन भगत नू जी कह के बुलाउंदा हुंदा सी, बस इन्नी गल आख दिओ जाके मेरा इन्ना सनेहा दे दिओ। ए जी कह के बुलाउंदा हुंदा, बाकी नहीं मैनूं पता भी की करदा रहा की नहीं करदा। इहदे कर्म दसणगे, इहदे लेख दसणगे, इहदी लिखत दसूगी ए की करदा रहा। खेत शरीर जो बीजी है सो अंत खलोआ, ए बाणी कहिंदी है। शरीर रूपी खेत दे विच जो कुछ बीज रहे हैं ना
ਉਹ ਅੰਤ ਦੇ ਵੇਲੇ ਉੱਗ ਪਾਣੇ। ਅੰਤ ਖਲੋਆਏ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਕੀ ਬੀਜਿਆ ਵੱਡਿਆ ਕੀ ਪਤਾ, ਘੋੜਿਆਂ ਦੇ ਮਗਰ ਪਾਪਾ ਘੜੀਸਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਅੱਧਾ ਸਾੜ ਕੇ ਦਰਖਤ ਦੇ ਨਾਲ ਟੰਗਤਾ, ਕਾਵਾਂ ਤੇ ਗਿਰਜਾਂ ਸੰਤ ਸੰਗਤ ਮਾਸ ਖਾਂਦੀਆਂ ਰਹੀਆਂ। ਚੰਦੂ ਨੇ ਕੀ ਬੀਜਿਆ ਸੀ ਗੁਰੂ ਅਰਜਨ ਦੇ ਮਰੋਂ ਤੱਤੀ ਤਵੀ ਤੇ ਬਿਠਾਇਆ, ਕੀ ਬੀਜਿਆ ਵੱਢਿਆ ਪਤਾ ਕੀ, ਨੱਕ ਚ ਨਕੇਲ ਪਾ ਕੇ ਬਾਬਾ ਬਿਧੀ ਚੰਦ ਹੋਰਾਂ ਨੇ ਅੰਮ੍ਰਿਤਸਰ ਦੇ ਵਿੱਚ ਘੁਮਾਇਆ ਸੀ। ਬੜੀਆਂ ਉਦਾਹਰਨਾਂ ਸਤ ਸੰਗਤ, ਪਰ ਸਮੇਂ ਦੀ ਸ਼ਾਰਟੇਜ, ਸਮੇਂ ਦੀ ਘਾਟ, ਕਿਉਂਕਿ ਸਮਾਗਮ ਹਨ, ਕਿਸੇ ਸਤ ਸੰਗਤ ਇੱਕ ਮਹਾਂਪੁਰਸ਼ ਦਾ ਸਮਾਂ ਨਹੀਂ, ਸਾਂਝਾ ਸਮਾਂ ਸੰਤ ਸਮਾਗਮ, ਜਿਹੜਾ ਕਈ ਦਿਨਾਂ ਤੋਂ ਤੁਸੀਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜ ਕੇ ਸਰਵਣ ਕਰ ਰਹੇ ਹੋ, ਸਮਾਪਤੀ ਹੋਣੀ ਹੈ ਉਹਦੀ ਅੱਜ। ਸਮੇਂ ਨੂੰ ਧਿਆਨ ਚ ਰੱਖਦੇ ਹਾਂ, ਵਿਚਾਰ ਦੇ ਦਾਇਰੇ ਨੂੰ ਸੀਮਤ ਰੱਖੀਏ। ਭਗਤ ਜਲਣ ਆਖਣ ਲੱਗੇ, ਕਹਿੰਦੇ ਇੰਨੀ ਗੱਲ ਕਹਿ ਦਿਓ ਜਾ ਕੇ ਵੀ ਇਹਦਾ ਹਿਸਾਬ ਥੋੜਾ ਜਿਹਾ ਦੇਖ ਕੇ ਕਰੇ, ਕਿਉਂ ਉਹ ਧਰਮ ਰਾਜੇ ਨੂੰ ਸੁਨੇਹਾਂ ਦੇ ਦਿਓ, ਦੇਖ ਕੇ ਹਿਸਾਬ ਕਰੇ ਧਰਮ ਰਾਜੇ ਨੂੰ ਸੁਨੇਹਾਂ, ਸੋਚ ਕੇ ਹਿਸਾਬ ਕਰੇ
आवे नो सुनेहा मेरा दे दियो। ओ धर्म राजे नो सुनेहा भाई दे दियो। धर्म राजे नु सुनेहा जाके दे दियो देख के मेरा ऐना का सुनेहा दे दियो। ना आख दे जी कह कह बुलांदा सी कहंदा जी सत वचन लैके तुर गए सां संगत जिथे हिसाब होना। धर्म राजा रब नहीं है उह तां परमात्मा दा साध संगत वाहिगुरु दा एक नमाणा जिहा सेवक है। कहंदे वेखो वाचो वही वेखो लेखा क्या तू खटिया कहां गवाया भी की बणज कर आया है भेजिया सी। बणज करन वास्ते की लेके आया सारा हिसाब निल है बेईमानिया ठगिया ठोरिया कठोरता माड़े वचन कुचीलता भरी पई है। चंगयाई दा ता एक भी बीज नहीं फरीदा लोड़े दाख बजोरियां किकर बीजे जट हन्ने उनक ताइंदा पैंदा लोड़े पट। ऐते ता सारी किकरां दे बीज ने मिलू की वेड़े च किकरां बीजियां कंडे दा चुभणे चुभणे असी नहीं मानते अंत तक। कल भी आप विचार करते संत बड़ा कहते प्रचारक बड़ा कहते महापुरख बड़ा कहते किसे विरले नू समझ पैंदी किसे साध संगत विरले दे मन च विचार वसदी है ते जिहदे मन दे विच विचार वस गई ਉਹਦਾ ਜੀਵਨ ਸਫਲਾ ਹੋ ਗਿਆ ਤੇ ਜਿਹਨੇ ਮੰਨੇ ਹੀ ਕੋਈ ਨਹੀਂ ਸਵਾਦ ਹੀ ਬਦਲਦਾ ਰਿਹਾ ਸੰਤਾਂ ਦੇ ਸਵਾਦ ਹੀ ਵੀ ਆਇਆ ਆ ਵੀ ਇੱਥੇ ਵੀ ਦੀਵਾਨ ਸੁਣ ਲਓ ਇੱਥੇ ਵੀ ਸੁਣ ਲਓ ਪਰ ਆਉਂਦਿਆਂ ਰਾਹ 'ਚ ਪਿੰਡ ਨਹੀਂ ਪਹੁੰਚਣਾ ਰਾਹ 'ਚ ਹੀ ਟਰਾਲੀ ਤੋਂ ਉੱਤਰ ਜਾਣਾ ਸੰਗਤ ਨੂੰ ਕਹਿਣਾ ਤੁਸੀਂ ਚੱਲੋ ਮੈਂ ਆਉਂਦਾ क्योंकि रास्ते च ठेका पैंदा ना। सुन के दीवान आया तो साध संगत घर घुट पी के आनी है। सुन के दीवान आया टेक के मत्था आया गुरुद्वारे ते राह च खड़ा ना चौंक दे विच अज निंदा चुगली करी जांदा है सुनी बाणी तीन दिन होया घर दे विच अखंड पाठ ओ सवा महीना तो रब नू याद रख लै तीन घंटे भी याद नहीं रहिंदा ओ सतगुरु दा सरूप गुरुद्वारे नहीं पहुंचदा ते सत संगत बोतलां दे डट पहलां खुल जांदे तीन दिन अखंड पाठ होया घंटा सवा घंटा तो याद रख लै बाणी पढ़ी गई है। कहंदे सट्टो इनू नरकां दे विच दिओ इनू सजा पा दिओ तपदे कड़ाहियां च। ओ जम कहंदे महाराज
ਜਦ ਇਹਨੂੰ ਅਸੀਂ ਲਈ ਆਉਂਦੇ ਸੀ ਨਾ ਰਸਤੇ ਦੇ ਵਿੱਚ ਇੱਕ ਰੱਬੀ ਰੂਹ ਰੱਬ ਦਾ ਪਿਆਰਾ ਭਗਤ ਜਲਣ ਸਿਮਰਨ ਕਰਦਾ ਮਿਲਿਆ ਸੀ। ਕਹਿੰਦੇ ਫਿਰ ਕਹਿੰਦੇ ਜੀ ਤੁਹਾਡੇ ਨਾਂ ਇੱਕ ਸੁਨੇਹਾ ਭੇਜਿਆ ਉਹਨੇ। ਸੁਨੇਹਾ ਹਮੇਸ਼ਾ ਭੇਜਦੇ ਆ ਆਪਣੇ ਪਿਆਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਆ ਨਾ। ਗੋਬਿੰਦ ਸਿੰਘ ਮਹਾਰਾਜ ਨੇ ਵੀ ਇੱਕ ਸੁਨੇਹਾ ਮਾਛੀਵਾੜੇ ਦੇ ਜੰਗਲ ਵਿੱਚੋਂ ਭੇਜਿਆ ਸੀ ਉਹ ਮਿੱਤਰ ਪਿਆਰੇ ਨੂੰ। ਹਾਲ ਮਰੀਦਾਂ ਦਾ ਕਹਿਣਾ ਵਿਚਾਰ ਆਪਣੀ ਵੀ ਇਹੀ ਚੱਲ ਰਹੀ ਹੈ। ਜਾਂ ਕਾ ਮੀਤ ਸੱਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾਂ ਕੀ ਕਮੀ। ਵਾਹਿਗੁਰੂ ਆਪਣੇ ਸਾਧ ਸੰਗਤ ਪਿਆਰਿਆਂ ਦਾ ਪਰਮ ਮਿੱਤਰ ਬਣ ਜਾਂਦਾ ਹੈ। ਸ੍ਰੀ ਕ੍ਰਿਸ਼ਨ ਰਾਥ ਨਹੀਂ ਹੱਕ ਰਹੇ ਅਰਜਨ ਦਾ, ਡਰਾਈਵਰ ਰਥਵਾਹੀ ਬਣ ਕੇ ਰਾਥ ਹੱਕ ਰਹੇ ਨੇ। ਸਖਾ ਭਾਵ ਕੱਲ ਸੁਧਾਮੇ ਦੀ ਵਿਚਾਰ ਸੁਣੀ ਸੀ, ਇੱਕ ਸੁਨੇਹਾ ਦਸਵੇਂ ਪਾਤਸ਼ਾਹ ਨੇ ਦਿੱਤਾ ਸੀ, ਇੱਕ ਆਵਾਜ਼ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, ਉਹ ਏਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ। ਸਾਧ ਸੰਗਤ ਆਓ, ਕਹਿੰਦੇ ਜੀ ਇੱਕ ਸੁਨੇਹਾ ਤੁਹਾਡੇ ਵਾਸਤੇ ਜਲਨ ਜੀ ਨੇ ਭੇਜਿਆ। ਕੀ ਜੀ ਕਹਿ ਕੇ ਬੁਲਾਉਂਦਾ ਰਿਹਾ ਸੰਤਾਂ ਨੂੰ ਅੱਗੇ ਉਹੀ। ਦੇਖ ਕੇ ਹਿਸਾਬ ਕਰਿਓ, ਉਹ ਜੀ ਕਹਿ ਕੇ ਬੁਲਾਉਂਦਾ ਰਿਹਾ ਸੰਤਾਂ ਨੂੰ ਵੀ। ਬੁਲਾਉਂਦਾ ਰਿਹਾ ਧਰਮ ਰਾਜ ਸਿੰਘਾਸਨ ਤੋਂ ਉੱਠ ਕੇ ਖਲੋ ਗਏ। ਕਹਿੰਦਾ ਪੱਕੀ ਗੱਲ ਹੈ ਜੀ ਕਹਿ ਕੇ ਬੁਲਾਉਂਦਾ ਰਿਹਾ? ਕਹਿੰਦੇ ਜੀ ਹਾਂ ਇੱਦਾਂ ਹੀ ਆਖਿਆ ਉਹਨੂੰ। ਕਹਿੰਦੇ ਬੰਦ ਕਰ ਦਿਓ ਵਹੀ ਕਾਤੇ, ਹਿਸਾਬ ਇਹਦਾ ਰਹਿ ਕੀ ਗਿਆ, ਵੈਕੁੰਠਾਂ ਨੂੰ ਭੇਜ ਦਿਓ ਇਹਨੂੰ। ਜਿਨਕਾ ਜਾਂਕਾ ਕਹਿਆ ਦਰਗਾਹ ਚੱਲੇ, ਹੈ ਨਾ ਦਰਗਾਹ ਦੇ ਵਿੱਚ ਚੱਲਦਾ। ਸੋ ਕਿਸ ਕੋ ਨਦਰ ਲਿਆਵੇ ਤਲੇ, ਉਹਦੀ ਨਦਰ ਵਿੱਚ ਸਾਧ ਸੰਗਤ ਕੌਣ ਆ ਸਕਦਾ ਹੈ? ਉਹਦੀ ਨਿਗਾਹ ਉਹਦੀ ਨਜ਼ਰ ਦੇ ਵਿੱਚ ਤਾਂ ਰਾਜੇ ਵੀ ਸਾਧ ਸੰਗਤ ਭਿਖਾਰੀ ਲੱਗਦੇ ਆ, ਕੰਗਾਲ ਲੱਗਦੇ ਆ ਉਹਨਾਂ ਦੇ ਸਾਹਮਣੇ। ਕਹਿੰਦੇ ਇਹਦਾ ਹਿਸਾਬ ਰਹਿ ਕੀ ਗਿਆ, ਸਭ ਠੱਗੀਆਂ ਸਭ ਬੇਈਮਾਨੀਆਂ ਸਭ ਅਪਰਾਧ ਸਾਰੇ ਸੜ ਕੇ ਸੁਭਾਅ ਹੋ ਗਏ। ਕਿਉਂ? ਇਹ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਦਾ ਰਿਹਾ। ਬਾਣੀ ਕਹਿੰਦੀ ਹੈ ਜੇ ਕੋ ਜੀ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਏ। ਨਾਮ ਜਪਣ ਦਾ ਫਲ ਤਾਂ ਬੜਾ ਵੱਡਾ ਹੈ। ਉਹ ਨਾਮ ਜਪਣ ਵਾਲਿਆਂ ਨੂੰ ਹੀ ਜੀ ਕਹਿ ਦਿੱਤਾ, ਕਹਿੰਦੇ ਜਮਾਂ ਦੀਆਂ ਤਲਬਾਂ ਮੁੱਕ ਗਈਆਂ। ਜੇ ਕੋ ਜੀ ਕਹੇ ਉਹਨਾਂ ਕੋ, ਕਿੰਨੀਆਂ ਬੇਈਮਾਨੀਆਂ ਕਿੰਨੇ ਰੁੱਖੇ ਵਚਨ ਕਿੰਨੀਆਂ ਠੱਗੀਆਂ, ਪਰ ਗੁਣ ਇੱਕੋ ਹੀ ਸੀ ਵੀ ਜੀ ਕਹਿੰਦਾ ਹੁੰਦਾ ਜਦ
भगत जलन जी नू बुलाउंदा ना बाबा जी कह के संत जी भगत जी कह के आवाज मारदा जे को जी कहे उन्हां को जम की तलब ना हो। उथे तलबा मुक गईयां, उथे साध संगत लेखे पाट गए, संतन मांको पूंजी सौंपी तो उतरो मन का धोखा धर्म राए। अब कहा करोगे जो फाट्यो सगलो लेखा विचार सी, जांका कहया दरगा चले सो किसको नदर ले आवे तले, जांका सब किश तांका होए नानक तांको सदा सुख होए। ऐसे वचन साध संगत महापुरखां दे, ऐसे बोल ओ दरगाह विच चलदे ने संतां दे वचन प्यारे, दरगाह विच चलदे ने संतां दे बोल प्यारे। चुकिया है बस इथों विचार कल दी एक शब्द तो शुरू कीती सी, जांका मीत सज्जन है समिया, तिस जन को कहो कां की कमिया। आओ रब दे प्यारियां ते साध संगत विचार, क्योंकि उन्हां दी याद दे विच समागम। सो अमृत दा वाटा भी तैयार होना है, कल भी बेनती कीती सी, हो सके मन बना के ज्यादा तो ज्यादा प्राणी गुरु के जहाजे चढ़न। आओ साध संगत कुकर्मा तो विकारा तो तौबा करके सच दे मार्ग ते तुरिए, अकाल पुरख दे नाल जुड़िए। साध संगत सतगुरु गुरु ग्रंथ साहिब महाराज दे लड़ लगीए, बस इथों ही आ एक वड्डी धारा आ समुंदर है, साध संगत इथों ही निकलदियां नदियां, ਇੱਥੋਂ ਹੀ ਸੰਤ ਪੈਦਾ ਹੁੰਦੇ ਆ ਸਾਰੇ। ਆਹੀ ਸਿਮਰਨ ਆ ਗੁਰਬਾਣੀ ਵੀ ਸਾਧ ਸੰਗਤ ਪੈਦਾ ਕਰਦੀ ਹੈ, ਬਸ ਲੋੜ ਹੈ ਮੰਨਣ ਦੀ, ਖਜ਼ਾਨਾ ਸਾਡੇ ਕੋਲ ਵੱਡਾ ਹੈ, ਲੋੜ ਹੈ ਅਪਣਾਉਣ ਦੀ, ਸਮਾਂ ਆਗਿਆ ਨਹੀਂ ਦਿੰਦਾ। ਆਓ ਹੋਈਆਂ ਵਿਚਾਰਾਂ ਗ੍ਰਹਿਣ ਕਰਨੀਆਂ। ਬਾਬਾ ਮੁਖਤਿਆਰ ਸਿੰਘ ਜੀ ਵੱਡਾ ਸਾਧ ਸੰਗਤ ਉਪਰਾਲਾ ਕਰਦੇ ਆ ਸਾਲਾਨਾ, ਜੋ ਦੂਰ ਦੂਰ ਤੱਕ ਸਤ ਸੰਗਤ ਪੰਜਾਬ ਪੰਜਾਬ ਕੋਹ ਤੱਕ ਦੀਆਂ ਸੰਗਤਾਂ ਆ ਕੇ ਇਸ ਮਹਾਨ ਉਪਰਾਲੇ ਤੋਂ ਲਾਹਾ ਪ੍ਰਾਪਤ ਕਰਦੀਆਂ। ਹਰ ਸਾਲ ਇਹ
ਰਾਚਦੇ ਆ ਸਾਧ ਸੰਗਤ ਵੱਡੇ ਸਮਾਗਮ ਜਿੱਥੋਂ ਇਲਾਕੇ ਦਾ ਭਲਾ ਹੋ ਸਕੇ ਕਿਉਂਕਿ ਸਾਧ ਸੰਗਤ ਭਲੇ ਦਾ ਜ਼ਰੀਆ ਹੈ ਹੀ ਏ ਸਤ ਸੰਗਤ ਸਭ ਤੋਂ ਵੱਡਾ ਤੀਰਥ ਹੈ ਬਾਕੀ ਤੀਰਥਾਂ ਤੇ ਤਾਂ ਕਹਿੰਦੇ ਮੈਲ ਆ ਜਾਂਦੀ ਹੈ ਪਰ ਸਾਧ ਸੰਗਤ ਤੇ ਤੀਰਥ ਸਦਾ ਪਵਿੱਤਰ ਰਹਿੰਦਾ ਵਿਚਾਰਾਂ ਦਾ ਸਮਾਂ ਨਹੀਂ ਹੋਈਆਂ ਸਾਧ ਸੰਗਤ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਲਾ ਸਮਾਂ ਪਿਆਰ ਨਾਲ ਸਰਵਣ ਕਰੋ ਦਿਓ ਛੁੱਟੀਆਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਇਹ ਸਨ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਖੇੜੀ ਸਾਹਿਬ।